ਸਾਡੀ ਰਾਜਪੁਰਾ ਪੁਲਿਸ ਨੂੰ ਬਹੁਤ ਕਾਮਯਾਬੀ ਹੱਥ ਲੱਗੀ ਆ। ਜਿਹੜੀਆਂ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ, ਉਸਦੇ ਸੰਬੰਧ ਵਿੱਚ ਸਾਡੀ ਪੁਲਿਸ ਨੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ, ਜਿਹਦੇ ਪਾਸੋਂ ਸਾਨੂੰ 4 ਸੋਨੇ ਦੀਆਂ ਬਾਲੀਆਂ, 1 ਸੋਨੇ ਦੀ ਚੇਨ ਅਤੇ 2 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ। ਸਰ, ਜਿਨ੍ਹਾਂ ਦੀਆਂ ਵਾਲੀਆਂ ਨੇ ਉਹ ਜਾਂ ਸੋਨਾ ਹੈਗਾ ਉਹ ਕੌਣ ਕੌਣ ਪਤਾ ਲੱਗੇ ਕੁਛ ਉਹਨਾਂ ਬਾਰੇ? ਹਾਲੇ ਜੀ ਵੈਰੀਫਿਕੇਸ਼ਨ ਕਰਾਂਗੇ। ਇਹ ਕਈ ਵਾਰਦਾਤਾਂ ਸਾਡੇ ਕੋਲ ਮੰਨੇ ਨੇ, ਬਾਕੀ ਸਾਡੇ ਅਸੀਂ ਇਹਨਾਂ ਦਾ 6 ਤਰੀਕ ਤੱਕ ਦਾ ਰਿਮਾਂਡ ਹੋਰ ਹਾਸਲ ਕੀਤਾ, ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਹੋਰ ਵੀ ਜਿਹੜੀਆਂ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਹ ਸਾਰੀਆਂ ਰਿਕਵਰ ਕੀਤੀਆਂ। ਜਿਹੜੀ ਅੱਜ ਰਿਕਵਰ ਕੀਤੀ ਗਈ ਰਾਜਪੁਰਾ ਦੀ ਸਾਰੀ ਰਿਕਵਰੀ ਹੈ, ਸਾਰੀਆਂ ਰਾਜਪੁਰੇ ਦੀਆਂ ਟੋਟਲ ਰਿਕਵਰੀਆਂ ਵਾਰਦਾਤਾਂ ਮੰਨੇ ਨੇ, ਜੋ ਪਿਛਲੇ ਸਮੇਂ ਵਿੱਚ ਤੁਸੀਂ ਦੇਖਿਆ ਹੋਣਾ ਜੋ ਵਾਰਦਾਤਾਂ ਹੋ ਰਹੀਆਂ ਸੀ ਸਾਰੀਆਂ ਇਹੀ ਗਰੋਹ ਕਰ ਰਹੇ। ਪਿਛਲੇ ਵਾਰੀ ਕੋਈ ਪਿਛਲਾ ਰਿਕਾਰਡ ਕਿਸ ਤਰ੍ਹਾਂ ਦਾ ਜੀ? ਪਿੱਛੇ ਰਿਕਾਰਡ ਜੀ ਇਹਨਾਂ ਦਾ ਬਹੁਤ ਮਾੜਾ, ਇਹਨਾਂ ਦੇ ਆਲਰੇਡੀ 12 ਮੁਕੱਦਮੇ ਲੁੱਟ ਖੋਹ ਦੇ ਚੋਰੀ ਦੇ ਦਰਜ ਨੇ। ਕਿੱਥੋਂ ਰਹਿਣ ਵਾਲੇ ਨੇ, ਕੀ ਨਾਂ ਇਹਨਾਂ ਦਾ? ਇੱਕ ਜੀ ਇਹਨਾਂ ਵਿੱਚੋਂ ਅਰੁਣ ਕੁਮਾਰ ਆ ਜੀ, ਉਹ ਲੋਕਲ ਰਾਜਪੁਰੇ ਦਾ ਰਹਿਣ ਵਾਲਾ, ਦੂਜਾ ਜੀ ਵਿਜੇ ਕੁਮਾਰ ਆ, ਉਹ ਸਮਾਣੇ ਦਾ ਰਹਿਣ ਵਾਲਾ। ਤੇ ਸਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਇਸ ਟਾਈਮ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਸ਼ਹਿਰ ਦੇ ਵਿੱਚ? ਜਿਹੜਾ ਜੀ ਸਹਿਮ ਦਾ ਮਾਹੌਲ ਸੀਗਾ ਉਹ ਡਰ ਨੂੰ ਬਿਲਕੁਲ ਆਪਣੇ ਮਨ ਵਿੱਚੋਂ ਕੱਢ ਦਿਓ। ਰਾਜਪੁਰਾ ਪੁਲਿਸ ਪੂਰੀ ਡਿਊਟੀ ਆਪਣੀ ਤਨਦੇਹੀ ਨਾਲ ਕਰ ਰਹੀ ਹੈ, ਕਿਸੇ ਵੀ ਸ਼ਰਾਰਤੀ ਦੇ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਬਣਦੀ ਕਾਰਵਾਈ ਕੀਤੀ। ਜਿਹੜੇ ਮੋਟਰਸਾਈਕਲ ਚੋਰੀ ਨੇ ਉਹ ਮਾਲਕ ਕਿੱਥੋਂ ਦੇ ਨੇ? ਹਾਲੇ ਜੀ ਉਹਨਾਂ ਬਾਰੇ ਅਸੀਂ ਵੈਰੀਫਿਕੇਸ਼ਨ ਕਰਾਂਗੇ, ਹਾਲੇ ਅਸੀਂ ਰਿਕਵਰੀਆਂ ਕਰਾਈਆਂ ਨੇ, ਬਾਕੀ ਵੈਰੀਫਾਈ ਕਰਕੇ ਸਾਰੇ ਮਾਲਕਾਂ ਤੱਕ ਉਹਨਾਂ ਦੀਆਂ ਚੀਜ਼ਾਂ ਪਹੁੰਚ ਬ੍ਰਾਂਡ ਦੇ ਮੋਟਰਸਾਈਕਲ। ਇੱਕ ਅਪਾਚੇ ਮੋਟਰਸਾਈਕਲ ਆ ਜੀ, ਇੱਕ ਸਪਲੈਂਡਰ ਮੋਟਰਸਾਈਕਲ, ਜੋ ਇਹ ਵਾਰਦਾਤ ਵਿੱਚ ਵੀ ਇਹੀ ਮੋਟਰਸਾਈਕਲ ਵਰਤੇ ਦੇ ਸੀ। ਇਹਨਾਂ ਸਰ ਆਪ ਦੇ ਵਿੱਚ ਗੰਢ ਤੋਂ ਕਿੱਥੇ ਹੋਈ ਦੋਨਾਂ ਦੀ? ਰਾਜਪੁਰੇ ਦਾ ਉਹ ਸਮਾਣੇ ਦਾ ਜੀ, ਇਹ ਵੈਰੀਫਿਕੇਸ਼ਨ ਕੀਤੀ ਜਾਊਗੀ ਜੀ, ਮੈਂ ਤੁਹਾਨੂੰ ਦੱਸ ਦਿੱਤਾ। ਸਰ ਇਹਨਾਂ ਨਾਲ ਹੋਰ ਵੀ ਬੰਦੇ ਹੋ ਸਕਦੇ ਨੇ ਨਾਲ? ਇਨਵੈਸਟੀਗੇਸ਼ਨ ਕਰਾਂਗੇ ਜੀ, ਪੂਰੀ ਤਹਿ ਤੱਕ ਜਾਵਾਂਗੇ ਇਸ ਗੱਲ ਦੀ, ਜੋ ਵੀ ਹੋਊਗਾ ਸਾਹਮਣੇ। ਇਹ ਗੱਲ ਮੰਨੇ ਹੁਣ ਤੱਕ ਵੀ ਸਮਾਨ ਕਿੱਥੇ ਵਗੈਰਾ ਵੇਚਦੇ ਬੂਝਦੇ ਕੀ ਕਰਦੇ ਸੀ ਸਮਾਨ ਦਾ ਜੀ? ਇਹ ਜੀ ਜਿਹੜਾ ਸਮਾਨ ਸੀਗਾ ਉਹਨਾਂ ਨੂੰ ਲੋਨ, ਗੋਲਡ ਲੋਨ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀਆਂ ਫਰਮਸ ਹੁੰਦੀਆਂ ਨੇ ਉਹਨਾਂ ਵਿੱਚ ਰੱਖ ਕੇ ਉਹਨਾਂ ਦੇ ਅਗੇਂਸਟ ਲੋਨ ਲੈ ਲੈਂਦੇ ਹੁੰਦੇ ਸੀਗੇ ਜੀ। ਹੁਣ ਤਾਂ ਕਿੰਨੇ ਲੋਨ ਲੈ ਚੁੱਕੇ ਸੀ? ਇਹਨਾਂ ਬਾਰੇ ਜੀ ਇਨਵੈਸਟੀਗੇਸ਼ਨ ਕਰ ਰਹੇ, ਹਾਲੇ ਪੂਰਾ ਰਿਕਾਰਡ ਤਿਆਰ ਕਰਕੇ ਸਾਡੇ ਕੋਲ ਪੁਲਿਸ ਰਿਮਾਂਡ ਦਾ ਟਾਈਮ ਆ, ਉਹਦੇ ਵਿੱਚ ਪੂਰੀ ਇਨਵੈਸਟੀਗੇਸ਼ਨ ਪੂਰੀ ਮੁਕੰਮਲ ਕਰਕੇ ਤੁਹਾਨੂੰ ਇਨਫੋਰਮੇਸ਼ਨ। ਰਿਮਾਂਡ ਹੁਣ ਤੱਕ ਮਿਲਿਆ? ਹੁਣ ਸਾਨੂੰ ਜੀ ਪਹਿਲਾਂ 1 ਦਿਨ ਦਾ ਮਿਲਿਆ ਸੀ, ਹੁਣ 2 ਦਿਨ ਦਾ ਜੱਜ ਸਾਹਿਬ ਨੇ ਹੋਲਡ ਦਿੱਤਾ ਸੀ। ਸਾਡੀ ਰਾਜਪੁਰਾ ਪੁਲਿਸ ਨੂੰ ਬਹੁਤ ਕਾਮਯਾਬੀ ਹੱਥ ਲੱਗੀ ਆ। ਜਿਹੜੀਆਂ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ, ਉਸਦੇ ਸੰਬੰਧ ਵਿੱਚ ਸਾਡੀ ਪੁਲਿਸ ਨੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ, ਜਿਹਦੇ ਪਾਸੋਂ ਸਾਨੂੰ 4 ਸੋਨੇ ਦੀਆਂ ਬਾਲੀਆਂ, 1 ਸੋਨੇ ਦੀ ਚੇਨ ਅਤੇ 2 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ। ਸਰ, ਜਿਨ੍ਹਾਂ ਦੀਆਂ ਵਾਲੀਆਂ ਨੇ ਉਹ ਜਾਂ ਸੋਨਾ ਹੈਗਾ ਉਹ ਕੌਣ ਕੌਣ ਪਤਾ ਲੱਗੇ ਕੁਛ ਉਹਨਾਂ ਬਾਰੇ? ਹਾਲੇ ਜੀ ਵੈਰੀਫਿਕੇਸ਼ਨ ਕਰਾਂਗੇ। ਇਹ ਕਈ ਵਾਰਦਾਤਾਂ ਸਾਡੇ ਕੋਲ ਮੰਨੇ ਨੇ, ਬਾਕੀ ਸਾਡੇ ਅਸੀਂ ਇਹਨਾਂ ਦਾ 6 ਤਰੀਕ ਤੱਕ ਦਾ ਰਿਮਾਂਡ ਹੋਰ ਹਾਸਲ ਕੀਤਾ, ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਹੋਰ ਵੀ ਜਿਹੜੀਆਂ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਹ ਸਾਰੀਆਂ ਰਿਕਵਰ ਕੀਤੀਆਂ। ਜਿਹੜੀ ਅੱਜ ਰਿਕਵਰ ਕੀਤੀ ਗਈ ਰਾਜਪੁਰਾ ਦੀ ਸਾਰੀ ਰਿਕਵਰੀ ਹੈ, ਸਾਰੀਆਂ ਰਾਜਪੁਰੇ ਦੀਆਂ ਟੋਟਲ ਰਿਕਵਰੀਆਂ ਵਾਰਦਾਤਾਂ ਮੰਨੇ ਨੇ, ਜੋ ਪਿਛਲੇ ਸਮੇਂ ਵਿੱਚ ਤੁਸੀਂ ਦੇਖਿਆ ਹੋਣਾ ਜੋ ਵਾਰਦਾਤਾਂ ਹੋ ਰਹੀਆਂ ਸੀ ਸਾਰੀਆਂ ਇਹੀ ਗਰੋਹ ਕਰ ਰਹੇ। ਪਿਛਲੇ ਵਾਰੀ ਕੋਈ ਪਿਛਲਾ ਰਿਕਾਰਡ ਕਿਸ ਤਰ੍ਹਾਂ ਦਾ ਜੀ? ਪਿੱਛੇ ਰਿਕਾਰਡ ਜੀ ਇਹਨਾਂ ਦਾ ਬਹੁਤ ਮਾੜਾ, ਇਹਨਾਂ ਦੇ ਆਲਰੇਡੀ 12 ਮੁਕੱਦਮੇ ਲੁੱਟ ਖੋਹ ਦੇ ਚੋਰੀ ਦੇ ਦਰਜ ਨੇ। ਕਿੱਥੋਂ ਰਹਿਣ ਵਾਲੇ ਨੇ, ਕੀ ਨਾਂ ਇਹਨਾਂ ਦਾ? ਇੱਕ ਜੀ ਇਹਨਾਂ ਵਿੱਚੋਂ ਅਰੁਣ ਕੁਮਾਰ ਆ ਜੀ, ਉਹ ਲੋਕਲ ਰਾਜਪੁਰੇ ਦਾ ਰਹਿਣ ਵਾਲਾ, ਦੂਜਾ ਜੀ ਵਿਜੇ ਕੁਮਾਰ ਆ, ਉਹ ਸਮਾਣੇ ਦਾ ਰਹਿਣ ਵਾਲਾ। ਤੇ ਸਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਇਸ ਟਾਈਮ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਸ਼ਹਿਰ ਦੇ ਵਿੱਚ? ਜਿਹੜਾ ਜੀ ਸਹਿਮ ਦਾ ਮਾਹੌਲ ਸੀਗਾ ਉਹ ਡਰ ਨੂੰ ਬਿਲਕੁਲ ਆਪਣੇ ਮਨ ਵਿੱਚੋਂ ਕੱਢ ਦਿਓ। ਰਾਜਪੁਰਾ ਪੁਲਿਸ ਪੂਰੀ ਡਿਊਟੀ ਆਪਣੀ ਤਨਦੇਹੀ ਨਾਲ ਕਰ ਰਹੀ ਹੈ, ਕਿਸੇ ਵੀ ਸ਼ਰਾਰਤੀ ਦੇ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਬਣਦੀ ਕਾਰਵਾਈ ਕੀਤੀ। ਜਿਹੜੇ ਮੋਟਰਸਾਈਕਲ ਚੋਰੀ ਨੇ ਉਹ ਮਾਲਕ ਕਿੱਥੋਂ ਦੇ ਨੇ? ਹਾਲੇ ਜੀ ਉਹਨਾਂ ਬਾਰੇ ਅਸੀਂ ਵੈਰੀਫਿਕੇਸ਼ਨ ਕਰਾਂਗੇ, ਹਾਲੇ ਅਸੀਂ ਰਿਕਵਰੀਆਂ ਕਰਾਈਆਂ ਨੇ, ਬਾਕੀ ਵੈਰੀਫਾਈ ਕਰਕੇ ਸਾਰੇ ਮਾਲਕਾਂ ਤੱਕ ਉਹਨਾਂ ਦੀਆਂ ਚੀਜ਼ਾਂ ਪਹੁੰਚ।
ਇੱਕ ਅਪਾਚੇ ਮੋਟਰਸਾਈਕਲ ਆ ਜੀ, ਇੱਕ ਸਪਲੈਂਡਰ ਮੋਟਰਸਾਈਕਲ ਜੋ ਇਹ ਵਾਰਦਾਤ ਵਿੱਚ ਵੀ ਇਹੀ ਮੋਟਰਸਾਈਕਲ ਵਰਤਦੇ ਸੀ। ਇਹਨਾਂ ਸਰ ਆਪ ਦੇ ਵਿੱਚ ਗੰਢ ਤੁਪ ਕਿੱਥੇ ਹੋਈ ਦੋਨਾਂ ਦੀ, ਰਾਜਪੁਰੇ ਦਾ ਉਸਮਾਣੇ ਦਾ ਜੀ? ਇਹ ਵੈਰੀਫਿਕੇਸ਼ਨ ਕੀਤੀ ਜਾਊਗੀ ਜੀ, ਮੈਂ ਤੁਹਾਨੂੰ ਦੱਸ ਦਿੱਤਾ ਸਰ। ਇਹਨਾਂ ਨਾਲ ਹੋਰ ਵੀ ਬੰਦੇ ਹੋ ਸਕਦੇ ਨੇ ਨਾਲ? ਇਨਵੈਸਟੀਗੇਸ਼ਨ ਕਰਾਂਗੇ ਜੀ, ਪੂਰੀ ਤਹਿ ਤੱਕ ਜਾਵਾਂਗੇ ਇਸ ਗੱਲ ਦੀ, ਜੋ ਵੀ ਹੋਊਗਾ ਸਾਹਮਣੇ। ਇਹ ਗੱਲ ਮੰਨੇ ਹੁਣ ਤੱਕ ਵੀ ਸਮਾਨ ਕਿੱਥੇ ਵਗੈਰਾ ਵੇਚਦੇ ਬੂਝਦੇ ਕੀ ਕਰਦੇ ਸੀ ਸਮਾਨ ਦਾ ਫਿਰ ਜੀ? ਇਹ ਜੀ ਜਿਹੜਾ ਸਮਾਨ ਸੀਗਾ ਉਹਨਾਂ ਨੂੰ ਲੋਨ, ਗੋਲਡ ਲੋਨ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀਆਂ ਫਰਮਸ ਹੁੰਦੀਆਂ ਨੇ ਉਹਨਾਂ ਵਿੱਚ ਰੱਖ ਕੇ ਉਹਨਾਂ ਦੇ ਅਗੇਂਸਟ ਲੋਨ ਲੈ ਲੈਂਦੇ ਹੁੰਦੇ ਸੀਗੇ ਜੀ। ਹੁਣ ਤਾਂ ਕਿੰਨੇ ਲੋਨ ਲੈ ਚੁੱਕੇ ਸੀ? ਇਹਨਾਂ ਬਾਰੇ ਜੀ ਇਨਵੈਸਟੀਗੇਸ਼ਨ ਕਰ ਰਿਹਾ, ਹਲੇ ਪੂਰਾ ਰਿਕਾਰਡ ਤਿਆਰ ਕਰਕੇ ਸਾਡੇ ਕੋਲ ਪੁਲਿਸ ਰਿਮਾਂਡ ਦਾ ਟਾਈਮ ਆ, ਉਹਦੇ ਵਿੱਚ ਪੂਰੀ ਇਨਵੈਸਟੀਗੇਸ਼ਨ ਪੂਰੀ ਮੁਕੰਮਲ ਕਰਕੇ ਤੁਹਾਨੂੰ ਇਨਫੋਰਮੇਸ਼ਨ। ਕਿੰਨਾ ਰਿਮਾਂਡ ਹੁਣ ਤੱਕ ਮਿਲਿਆ ਹੈ? ਹੁਣ ਸਾਨੂੰ ਜੀ ਪਹਿਲਾਂ ਇੱਕ ਦਿਨ ਦਾ ਮਿਲਿਆ ਸੀ, ਹੁਣ ਦੋ ਦਿਨ ਦਾ ਜੱਜ ਸਾਹਿਬ ਨੇ ਹੋਰ ਦਿੱਤਾ ਸੀ। ਮਿਕਸ ਨੇ ਜੀ ਸਾਰੇ ਮੁਕਦਮੇ, ਅੱਡ ਅੱਡ ਧਾਰਾਵਾਂ ਵਿੱਚ ਇਹਨਾਂ ਤੇ ਮੁਕਦਮੇ ਦਰਜ ਨੇ, ਕ੍ਰਾਈਮ ਕਰਨ ਦੇ ਆਦੀ ਨੇ ਜੀ।